ਕਹਿੰਦਾ ਜਦੋਂ ਖੁਸ਼ੀ ਦਾ ਮੌਕਾ ਹੋਵੇ, ਕੌਮ ਨੇ ਕੋਈ ਖੁਸ਼ੀ ਮਨਾਉਣੀ ਹੋਵੇ, ਆਪ ਪਿੱਛੇ ਹੋ ਜਾਓ, ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ, ਅੱਗੇ ਜਾ ਲੈਣ ਦਿਓ। ਤੇ ਜਦੋਂ ਕੌਮ ਤੇ ਕੋਈ ਭੀੜ ਪੈ ਜੇ, ਕੌਮ ਕਿਸੇ ਸੰਕਟ 'ਚ ਆ ਜੇ, ਤਾਂ ਕੌਮ ਨੂੰ ਕਹੋ ਆ ਜਾਓ, ਮੈਂ ਅੱਗੇ ਲੱਗਦਾ, ਤੁਸੀਂ ਮੇਰੇ ਨਾਲ ਲੱਗੋ, ਲੋਕ ਤੁਹਾਨੂੰ ਲੀਡਰ ਮੰਨ ਲੈਣਗੇ। ਇੱਥੇ ਉਲਟਾ ਹੁੰਦਾ, ਖੁਸ਼ੀ ਆਪ ਮਨਾ ਜਾਂਦੇ ਨੇ, ਸੰਕਟ ਵੇਲੇ ਸਾਨੂੰ ਕਹਿਣ ਲੱਗ ਜਾਂਦੇ ਨੇ ਕੁਰਬਾਨੀ ਵਾਲੀ ਤਿਆਰ ਰਹੋ। ਇੱਥੇ ਉਲਟਾ ਹੈ। ਸੋ ਇਸ ਕਰਕੇ ਮੈਂ ਪੰਜਾਬ ਦੇ ਹਰ ਇਲਾਕੇ 'ਚ ਜਾਊਂਗਾ, ਮੈਂ ਉਹਨਾਂ ਵਾਂਗੂ ਮਹਿਲਾਂ 'ਚ ਬਹਿ ਕੇ 5 ਸਾਲ ਨਹੀਂ ਕੱਟੂੰਗਾ। ਮੈਂ ਤਾਂ ਸੱਚੀ ਪੁੱਛੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੱਸਣ ਲੱਗਿਆ, ਜੇ ਦੁਪਹਿਰ ਜੇ 12-1 ਵਜੇ ਕਦੇ ਵਿਹਲੇ ਹੋ ਜਾਈਏ, ਮੈਨੂੰ ਤਾਂ ਐਂ ਲੱਗਣ ਲੱਗ ਜਾਂਦਾ ਮੈਂ ਧਰਤੀ 'ਤੇ ਬੋਝ ਹਾਂ ਯਾਰ, ਚਲੋ ਕਿਤੇ ਨਾ ਕਿਤੇ ਚੱਲੀਏ, ਲੋਕਾਂ ਨੂੰ ਮਿਲੀਏ, ਦੁੱਖ ਸੁਣੀਏ, ਜੇ ਦੂਰ ਕਰ ਸਕਦੇ ਹਾਂ, ਰੱਬ ਨੇ ਕਲਮ ਦਿੱਤੀ ਹੈ, ਇਹ ਤੋਂ ਵੱਡਾ ਪੁੰਨ ਹੋਰ ਕੀ ਹੋ ਸਕਦਾ ਜੀ। ਜੇ ਮੇਰੇ ਸਾਈਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਬਲਦਾ ਹੈ, ਮੇਰੇ ਸਾਈਨ ਕਰਨ ਨਾਲ ਕਿਸੇ ਭੈਣ ਦਾ ਵੀਰ ਬਾਹਰਲੇ ਮੁਲਕ 'ਚ ਫਸਿਆ ਹੋਇਆ ਇੱਥੇ ਆਉਂਦਾ, ਉਹ ਰੱਖੜੀ ਬੰਨਣ ਜੋਗੀ ਹੋ ਜਾਂਦੀ ਹੈ, ਇਹ ਤੋਂ ਵੱਡਾ ਪੁੰਨ ਕੀ ਹੈ ਜੀ। ਫਿਰ